ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਸਿੰਘ, ਮੈਂ ਕੈਨੇਡਾ ਤੋਂ ਹਾਂ। ਮੈਂ ਬਹੁਤ ਟਾਈਮ ਤੋਂ ਸੋਚ ਰਿਹਾ ਸੀਗਾ, ਕਿਉਂਕਿ ਮੇਰੀ ਓਬੈਸਿਟੀ ਮੇਰੇ ਸ਼ੁਰੂ ਤੋਂ ਸੀਗੀ, ਛੋਟੇ ਹੁੰਦੇ ਤੋਂ ਹੀ, ਅਤੇ ਮੈਂ ਕਾਫੀ ਕੁਛ ਟਰਾਈ ਕੀਤਾ, ਕਾਫੀ ਡਾਇਟਸ ਪਲਾਨ ਚੇਂਜ ਕੀਤੀਆਂ, 3-4 ਵਾਰ ਮੈਂ ਆਪਣਾ ਵਜ਼ਨ ਤੋੜਿਆ ਵੀ ਆ, ਪਰ ਫਿਰ ਉਸੇ ਪੁਆਇੰਟ 'ਤੇ ਆ ਜਾਂਦਾ ਸੀਗਾ। ਅਤੇ ਹੁਣ ਮੈਂ ਕਾਫੀ ਹੈਲਪਲੈਸ ਫੀਲ ਕਰ ਰਿਹਾ ਸੀਗਾ ਬਹੁਤ ਟਾਈਮ ਤੋਂ, ਅਤੇ ਮੈਂ ਸਲੂਸ਼ਨ ਦੇਖ ਰਿਹਾ ਸੀਗਾ। ਫਿਰ ਮੈਨੂੰ ਇੱਕ ਆਪਣਾ ਫਰੈਂਡ ਮਿਲਿਆ ਅਤੇ ਉਹਨੇ ਮੈਨੂੰ ਸੁਜੈਸਟ ਕੀਤਾ ਡਾਕਟਰ ਅਮਿਤ ਸੂਦ ਜੀ ਦਾ। ਫਿਰ ਮੈਂ ਉਹਨਾਂ ਦੀਆਂ ਜਾ ਕੇ ਨੈੱਟ 'ਤੇ ਵਗੈਰਾ 'ਤੇ, ਮੈਂ ਉਹਨਾਂ ਦੇ ਯੂਟਿਊਬ 'ਤੇ ਉਹਨਾਂ ਦੇ ਟੈਸਟੀਮੋਨੀਸ ਜਿਹੜੀ ਅਦਰ ਪੇਸ਼ੈਂਟ ਦੀ ਸੀਗੀਆਂ ਅਤੇ ਉਹ ਸਾਰੀ ਰਿਸਰਚ ਕੀਤੀ ਆ। ਅਤੇ ਫਿਰ ਮੈਂ ਕਾਫੀ ਕੌਨਫੀਡੈਂਟ ਸੀਗਾ ਕਿ ਹਾਂ, ਮੈਂ ਮਤਲਬ ਓਪਰੇਸ਼ਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਬਹੁਤ ਔਖਾ ਆ, ਹਰ ਕਿਸੇ ਲਈ ਔਖਾ ਹੈ, ਇਟਸ ਨੋਟ ਈਜ਼ੀ ਥਿੰਗ, ਹੈ ਨਾ, ਜੋ ਤੁਸੀਂ ਮਤਲਬ ਸੋਚ ਸਕਦੇ ਹੋ, ਬਟ ਵੰਸ ਯੂ ਮੇਕ ਯੂਰ ਮਾਈਂਡ ਦੈਨ ਐਵਰੀਥਿੰਗ ਗੋਨ ਬੀ ਆਲ ਰਾਈਟ। ਸੋ ਨਾਓ ਐਟ ਦਿਸ ਟਾਈਮ ਮੈਨੂੰ ਓਪਰੇਸ਼ਨ ਕਰਾਏ ਨੂੰ ਮੈਨੂੰ 15 ਦਿਨ ਹੋ ਚੁੱਕੇ ਨੇ, ਅਤੇ ਮੈਂ ਆਪਣਾ ਫਸਟ ਫੋਲੋਅਪ ਲਈ ਮੈਂ ਡਾਕਟਰ ਆਇਆ ਹਾਂ। ਅਤੇ ਆਲ ਆਫ ਦਾ ਸਟਾਫ, ਵੈਨ ਆਈ ਵਾਜ਼ ਐਡਮਿਟਿੰਗ, ਆਈ ਵਾਜ਼ ਹੇਅਰ ਫੋਰ ਲਾਈਕ 3 ਡੇਜ਼ ਇਨ ਹੋਸਪਿਟਲ ਐਂਡ ਐਵਰੀਥਿੰਗ ਇਜ਼ ਗੁੱਡ। ਸਟਾਫ ਬਹੁਤ ਫਰੈਂਡਲੀ ਸੀਗਾ, ਟ੍ਰੀਟਮੈਂਟ ਦਾ ਪਤਾ ਵੀ ਨਹੀਂ ਲੱਗਿਆ ਮੈਨੂੰ ਤਾਂ ਬਾਅਦ 'ਚ ਮੈਨੂੰ ਤਾਂ ਐਂ ਸੀਗਾ ਮੇਰਾ ਓਪਰੇਸ਼ਨ ਹੋਇਆ ਨਹੀਂ ਹੋਇਆ, ਆਈ ਡੋਂਟ ਨੋ, ਹੈ ਨਾ, ਅਤੇ ਥੋੜ੍ਹਾ ਐਨਸੀਸੀ ਦਾ ਥੋੜ੍ਹਾ ਅਸਰ ਸੀਗਾ। ਅਤੇ ਉਹ ਤੋਂ ਬਾਅਦ ਵੀ ਕੋਈ, ਜੇ ਆਪਾਂ ਪੇਨ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕੋਈ ਖਾਸ ਮੇਜਰ ਥਿੰਗ ਆ, ਮਾਈਨਰ ਪੇਨ ਆ, ਲਿਟਲ ਬਿਟ ਅਨਕੰਫਰਟੇਬਲ ਹੁੰਦਾ ਬੰਦਾ, ਦੈਟਸ ਇਟ, ਨਥਿੰਗ ਟੂ ਵਰੀ ਅਬਾਊਟ, ਹੈ ਨਾ। ਕੋਈ ਐਡਾ ਵੱਡਾ ਕੋਈ ਸਕਾਰ, ਬੰਦੇ ਮੈਨੂੰ ਐਂ ਡਰ ਸੀਗਾ ਕਿ ਬੋਡੀ 'ਤੇ ਸਕਾਰ ਕਾਫੀ ਹੋ ਜਾਣਗੇ ਜਿਵੇਂ ਸਰਜਰੀ ਤੋਂ, ਆਪਾਂ ਨੂੰ ਡਰ ਲੱਗਦਾ, ਕੋਈ ਇੱਦਾਂ ਨਹੀਂ ਹੈਗਾ, ਬਹੁਤ ਛੋਟੇ ਛੋਟੇ ਆ। ਆਫਟਰ ਸਰਜਰੀ ਮਤਲਬ ਕੀ ਖਾਣਾ ਕੀ ਨਹੀਂ ਪੀਣਾ ਜਾਂ ਕਿੱਦਾਂ ਮੇਰੀ ਬੋਡੀ ਰਿਐਕਟ ਕਰੂਗੀ ਖਾਣ ਪੀਣ ਤੋਂ, ਡਰ ਲੱਗਦਾ। ਸੋ ਡਰਨ ਦੀ ਕੋਈ ਗੱਲ ਨਹੀਂ ਹੈਗੀ, ਤੁਸੀਂ ਥੋੜ੍ਹਾ ਬਹੁਤਾ ਟਰਾਈ ਕਰੋ, ਵੱਧ ਤੋਂ ਵੱਧ ਕੀ ਹੋ ਜਾਊਗਾ, ਥੋੜ੍ਹਾ ਬਹੁਤਾ ਦੁੱਖ ਲੱਗਦਾ, ਦੈਟਸ ਇਟ, ਹੈ ਨਾ, ਗੈਸ ਬਣ ਚੁੱਕੀ ਆ, ਮਾੜਾ ਮਾੜਾ ਢਿੱਡ ਹੋ ਜਾਊਗਾ, ਦੈਟਸ ਇਟ। ਬਟ ਮੈਨੂੰ ਕੋਈ ਹਜੇ ਤੱਕ, ਟੂ ਬੀ ਵੈਰੀ ਓਨਸਟ, ਮੈਂ ਜਿੰਨਾ ਵੀ ਟਰਾਈ ਕੀਤਾ ਮੈਨੂੰ ਕੋਈ ਦਿੱਕਤ ਆਈ ਨਹੀਂ ਹੈਗੀ, ਹੈ ਨਾ। ਥੋੜ੍ਹੀ ਬੋਡੀ ਆਪੇ ਤੁਹਾਨੂੰ, ਆਪਣੀ ਬੋਡੀ 'ਤੇ ਤੁਸੀਂ ਸੁਣੋਗੇ, ਤੁਹਾਨੂੰ ਬੋਡੀ ਦੱਸਦੀ ਹੈ ਕਿ ਹਾਂ ਵੀ ਕਿੱਦਾਂ। ਅਤੇ ਮੇਰਾ 15 ਦਿਨ ਹੋਇਆ, ਮੈਨੂੰ ਲੱਗਦਾ ਮੇਰਾ 15 ਕੇਜੀ ਮੈਂ ਆਪਣਾ ਵੇਟ ਮੈਂ ਲੂਜ਼ ਕਰ ਚੁੱਕਾ ਹਾਂ, ਕਿਉਂਕਿ ਮੈਂ ਮੰਨਦਾ ਬਾਕੀ ਕੋਈ BP ਜਾਂ ਸ਼ੂਗਰ ਦੀ ਦਵਾਈ ਖਾਣ ਨਾਲੋਂ ਚੰਗਾ ਆ ਕਿ ਆਪਾਂ ਮਲਟੀ ਵਿਟਾਮਿਨਸ ਖਾ ਲਈਏ ਲਾਈਫ ਟਾਈਮ, ਇਟਸ ਮੱਚ ਬੈਟਰ ਦੈਨ, ਅਤੇ ਆਪਾਂ ਇੱਕ ਹੈਲਦੀ ਲਾਈਫ ਸਟਾਈਲ ਜੀਏ, ਕਿਉਂਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਅਤੇ ਬਟ ਮੈਂ ਆਪਣਾ ਜਿਵੇਂ ਕੈਨੇਡਾ ਦੇ ਵਿੱਚ ਸਾਡਾ ਰੂਟੀਨ ਫੋਲੋਅਪ ਹੁੰਦਾ ਆ, ਮੈਂ ਡਾਕਟਰ ਕੋਲ ਗਿਆ ਅਤੇ ਉਹਨਾਂ ਨੇ ਜਿਵੇਂ ਟੈਸਟ ਵਗੈਰਾ ਕੀਤੇ, ਮੈਨੂੰ ਕਹਿੰਦਾ ਤੂੰ ਪ੍ਰੀ ਡਾਇਬਟਿਕ ਆ, ਹੈ ਨਾ, ਜਦਕਿ ਮੈਂ ਚੀਨੀ ਬਿਲਕੁਲ ਵੀ ਨਹੀਂ ਖਾਂਦਾ, ਬਹੁਤ ਘੱਟ ਖਾਂਦਾ ਮਾਈਨਰ, ਹੈ ਨਾ, ਆਈ ਡੋਂਟ ਲਾਈਕ ਇਟ। ਬਟ ਆਹ ਆ ਮਤਲਬ ਸੁਗਾਤਾਂ ਆ ਜਿਹੜੀ ਮੋਟਾਪੇ ਦੇ ਨਾਲ ਆਉਂਦੀਆਂ ਆ, ਅਤੇ ਇਹਨਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ, ਹਰ ਕਿਸੇ ਨੂੰ ਬਚਣਾ ਚਾਹੀਦਾ। ਅਤੇ ਬਾਅਦ ਵਿੱਚ, ਕਿਉਂਕਿ ਮੈਨੂੰ ਪਤਾ ਸੀਗਾ ਮਾਈਟ ਬੀ ਇਨ ਈਅਰ ਔਰ 2 ਈਅਰ ਮੈਨੂੰ ਬਹੁਤ ਜ਼ਿਆਦਾ ਟੈਬਲੇਟਸ ਲੱਗ ਜਾਣੀ, ਕਿਉਂਕਿ ਮੈਂ ਜਿਵੇਂ ਡਾਕਟਰ ਮੈਨੂੰ ਕਿਹਾ ਪ੍ਰੀ ਡਾਇਬਟਿਕਾਂ ਤੋਂ ਜਾਂ BP ਥੋੜ੍ਹਾ ਬਹੁਤਾ ਜਦੋਂ ਵੀ ਚੈੱਕ ਕਰਾਉਣਾ, ਕਹਿੰਦੇ ਵੀ ਡਾਕਟਰ ਦੇ ਰੈਗੂਲਰ ਜਾਣਾ, ਕਿਉਂਕਿ ਹਮੇਸ਼ਾ ਡਾਕਟਰ ਜਦੋਂ ਆਪਾਂ ਫਸ ਜਾਂਦੇ ਹਾਂ BP ਚੈੱਕ ਕਰਦੇ ਆਪਣਾ, ਥੋੜ੍ਹਾ ਬਹੁਤਾ ਵੱਧ ਹੀ ਆਉਂਦਾ ਸੀਗਾ। ਰਾਤ ਨੂੰ ਸਲੀਪ ਐਪਨੀਆ ਦੀ ਪ੍ਰੋਬਲਮ ਸੀਗੀ ਅਤੇ ਹੋਰ ਇੱਦਾਂ ਦੀ ਕਈ ਮੇਜਰ ਪ੍ਰੋਬਲਮ, ਅਤੇ ਇਹ ਅੱਗੇ ਹੋਰ ਮਤਲਬ ਅਦਰ ਡਿਜ਼ੀਜ਼ ਨੂੰ ਡਰੈਕ ਕਰਦੀਆਂ ਆਪਣੇ ਦੇ ਨਾਲ, ਹੈ ਨਾ, ਇਹ ਇਕੱਲੀਆਂ ਨਹੀਂ ਆਉਂਦੀਆਂ, ਇਹ ਬਹੁਤ ਚੀਜ਼ਾਂ ਆਪਣੇ ਨਾਲ ਲੈ ਕੇ ਆਉਂਦੀਆਂ। ਸੋ ਇਹਨਾਂ ਤੋਂ ਬਚਣਾ ਚਾਹੀਦਾ। ਮੈਂ ਤਾਂ ਮੰਨਦਾ ਕਿ ਜੇ ਤੁਸੀਂ 15 ਦਿਨ ਔਖੇ ਹੁੰਦੇ ਹੋ, ਇਹ ਤਾਂ ਵਰਥ ਇਟ ਆ ਫੋਰ ਯੂਅਰ ਲਾਈਫ, ਹੈ ਨਾ, 15 ਦਿਨ ਔਖੇ ਹੋ ਗਏ, ਤੁਹਾਡੀ ਘੱਟੋ ਘੱਟ ਤੁਹਾਡੀ ਲਾਈਫ 15 ਸਾਲ ਬਚ ਜਾਂਦੀ ਹੈ, ਮੈਂ ਮੰਨਦਾ, ਜੋ ਕਿ ਅੱਜ ਕੱਲ੍ਹ ਦੇ ਮੈਂ ਆਪਣੇ ਮਤਲਬ ਆਲੇ ਦੁਆਲੇ ਦੇਖ ਰਿਹਾ ਕੀ ਹੋ ਰਿਹਾ, ਹੈ ਨਾ। ਸੋ ਇਟਸ ਅ ਗੁੱਡ ਥਿੰਗ, ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ, ਕੋਈ ਦਿੱਕਤ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ, ਹੈ ਨਾ, ਸਾਰੀ ਉਮਰ ਆ ਬੰਦਾ ਪੈਸੇ ਤਾਂ ਕਮਾਈ ਕਮੂਈ ਜਾਂਦਾ, ਕੋਈ ਇੰਨਾ ਮੇਜਰ ਨਹੀਂ ਹੈਗਾ। ਅਤੇ ਜੇ ਮੈਂ ਡਾਕਟਰ ਸਾਹਿਬ ਦੀ ਗੱਲ ਕਰਾਂ, ਮੈਨੂੰ ਸਾਰੀ ਤਰ੍ਹਾਂ ਦੀ ਫੈਸਿਲਿਟੀ, ਜੋ ਮੈਨੂੰ ਪ੍ਰੋਬਲਮ ਸੀਗੀ, ਜੋ ਮੇਰੇ ਡਾਊਟ ਸੀਗੇ ਕਿਸੇ ਵੀ ਤਰ੍ਹਾਂ ਦੇ, ਉਹ ਬੜੇ ਵਧੀਆ ਤਰੀਕੇ ਨਾਲ ਹੱਲ ਕੀਤੇ ਗਏ ਨੇ। ਅਤੇ ਈਵਨ ਕਿ ਮੈਨੂੰ ਮਤਲਬ ਪਟਿਆਲੇ ਤੋਂ ਸਿੱਧੀ ਬੱਸ ਨਹੀਂ ਸੀਗੀ ਮੋਗੇ ਦੀ, ਵੀ ਆ ਜਾਂਦਾ ਮੈਨੂੰ ਲੁਧਿਆਣੇ ਆਉਂਦਾ ਜਾਂ ਹੋਰ ਸੀਗਾ, ਹੈ ਨਾ, ਦਿੱਕਤ ਆਉਂਦੀ ਸੀ। ਇਹਨਾਂ ਨੇ ਮੈਨੂੰ ਗੱਡੀ ਵੀ ਭੇਜੀ, ਈਵਨ ਕਿ ਐਸਕੋਰਟ ਕੀਤਾ ਇਹਨਾਂ ਨੇ ਮੈਨੂੰ ਆਪਣੀ ਗੱਡੀ ਦੇ ਵਿੱਚ, ਮੈਨੂੰ ਲੈ ਕੇ ਗਏ ਆ ਘਰੋਂ, ਅਤੇ ਮੈਨੂੰ ਆਪਣੀ ਗੱਡੀ ਦੇ ਵਿੱਚ ਹੀ ਛੱਡ ਕੇ ਗਏ ਆ। ਅਤੇ ਬੋਲ ਚਾਲ ਹੁੰਦੀ ਆ, ਹੈ ਨਾ, ਆਪਾਂ ਰਹਿੰਦੇ ਹਾਂ, ਮੈਨੂੰ ਘਰ ਵਾਂਗੂ ਫੀਲ ਹੋਇਆ, ਲੱਗਿਆ ਨਹੀਂ ਕਿ ਹੋਰ ਹੋਸਪਿਟਲ ਆ, ਕੋਈ ਐਂ ਨਹੀਂ, ਕਿਉਂਕਿ ਬਹੁਤ ਵਧੀਆ ਫਰੈਂਡਲੀ ਐਟਮੋਸਫੀਅਰ ਸੀਗਾ ਸਾਰਾ, ਹੈ ਨਾ, ਟ੍ਰੀਟਮੈਂਟ ਬਹੁਤ ਵਧੀਆ ਹੋਇਆ, ਆਈ ਐਮ ਵੈਰੀ ਹੈਪੀ, ਥੈਂਕਸ।